पिंड गोली चली सी दो धड़िया दी कल दी गोली दे विच काले हवास नूं फोन कीता सी वी छेती आ जा या ते काला हवास चलदी गोली दे विच पहुंच गया सी क्योंकि आ टाइम बंदे किनारा करदे हुंदे आ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਜਪ੍ਰੀਤ ਟਾਕ ਤੇ ਅੱਜ ਤੁਹਾਡੇ ਸਾਹਮਣੇ ਉਸੇ ਹੀ ਲੜੀ ਦਾ ਕਾਲੇ ਮਾਨ ਧਨੌਲੇ ਦੀ ਕਹਾਣੀ ਦਾ ਤੀਜਾ ਭਾਗ ਲੈ ਕੇ ਆਏ ਜਿੱਥੋਂ ਕਹਾਣੀ ਆਪਾਂ ਸਮਾਪਤ ਕੀਤੀ ਸੀ ਉੱਥੋਂ ਆਪਾਂ ਫੇਰ ਦੁਬਾਰੇ ਸ਼ੁਰੂ ਕਰਨ ਲੱਗੇ ਹਾਂ ਥੰਬਨੇਲ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਹੋਊਗਾ ਅੱਜ ਵਾਲੀ ਕਹਾਣੀ ਦੇ ਵਿੱਚ ਦੱਸਿਆਗਾ ਵੀ ਲੱਖੀ ਕਾਲੇ ਬੋਲ ਵਾਲੇ ਤੋਂ ਬਾਅਦ 21 ਲੱਖ ਕਾਲੇ ਧਨੌਲੇ ਦੀ ਜ਼ਿੰਦਗੀ ਦੇ ਵਿੱਚ ਡਾਊਨਫਾਲ ਆਇਆ ਲੰਮਾ ਸਮਾਂ ਜੇਲ੍ਹ ਵੀ ਕੱਟੀ ਤੇ ਉਹਦਾ ਗ੍ਰਾਫ ਵੀ ਥੱਲੇ ਡਿੱਗ ਗਿਆ ਮਾਲਵੇ ਦੇ ਖੇਤਰ ਦੇ ਵਿੱਚ ਮੰਨਿਆ ਪਰਮੰਨਿਆ ਨਾ ਕਿਉਂ ਇੰਨਾ ਡਾਊਨ ਹੋ ਗਿਆ ਕਿਵੇਂ ਉਹਦੇ ਤੇ ਜੇਲ੍ਹਾਂ ਤੇ ਹਮਲੇ ਹੋਏ ਕਿਉਂ ਨਹੀਂ ਕਾਲਾ ਆਪਦੇ ਧੜੇ ਨੂੰ ਮੇਨਟੇਨ ਕਰ ਸਕਿਆ ਸੋ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਤੱਥ ਇਕੱਠੇ ਕਰਦੇ ਹੁੰਦੇ ਹਾਂ ਕਿ ਕੋਈ ਹਵਾ ਚ ਤੀਰ ਨਹੀਂ ਛੱਡੇ ਕੋਈ ਰਿਪੋਰਟ ਨਹੀਂ ਕੋਈ ਪੜ੍ਹ ਕੇ ਜਿਵੇਂ ਕੋਈ ਥਾਣੇ ਦੇ ਵਿੱਚ ਲਿਖੀ ਜਾਂਦੀ ਹੈ ਉਹ ਬੋਲੀ ਅਸੀਂ ਸੁਣਾਉਣੇ ਹੁੰਦੇ ਹੱਡ ਬੀਤੀ ਹੁਣ ਤੁਹਾਨੂੰ ਕਹਾਣੀ ਮੈਂ ਸ਼ੁਰੂ ਕਰਨ ਲੱਗਿਆ ਤੇ ਬੇਨਤੀ ਇਹ ਆ ਵੀ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਜੇ ਕੋਈ ਸਾਡੇ ਤੋਂ ਗੱਲ ਰਹਿ ਗਈ ਹੁੰਦੀ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਕਰੋ ਅਸੀਂ ਅਗਲੇ ਭਾਗ ਦੇ ਵਿੱਚ ਉਹ ਗੱਲ ਜ਼ਰੂਰ ਲੈ ਕੇ ਆਵਾਂਗੇ ਜਿੱਥੇ ਆਪਣੀ ਸਟੋਰੀ ਮੁੱਕੀ ਸੀ ਵੀ ਲੱਖੀ ਕਾਲੇ ਬੁੱਲੇ ਵਾਲੇ ਦਾ ਜਦੋਂ ਕਤਲ ਹੁੰਦਾ ਉਦੋਂ ਕਤਲ ਵਿੱਕੀ ਢੋਲੀ ਤੇ ਕਾਲੇ ਧਨੌਲੇ ਵਾਲੇ ਵੱਲੋਂ ਕੀਤਾ ਜਾਂਦਾ ਗਾ ਤੇ ਉਸ ਕਤਲ ਤੋਂ ਬਾਅਦ ਵਿੱਕੀ ਢੋਲੀ ਦੀ ਵੀ ਜ਼ਖਮੀ ਹਾਲਤ ਹੁੰਦੀ ਹੈ ਵਿੱਕੀ ਢੋਲੀ ਦੇ ਵੀ ਗੋਲੀ ਲੱਗੀ ਹੁੰਦੀ ਹੈਗੀ ਤੇ ਵਿੱਕੀ ਢੋਲੀ ਨੂੰ ਜਦੋਂ ਦਾਖਲ ਕਰਵਾਇਆ ਜਾਂਦਾ ਗਾ ਤੇ ਕਾਲਾ ਉੱਥੋਂ ਵਿੱਕੀ ਢੋਲੀ ਨੂੰ ਜ਼ਖਮੀ ਹਾਲਤ ਛੱਡ ਕੇ ਨਿਕਲ ਜਾਂਦਾ ਸੋ ਕਹਿਣ ਦਾ ਭਾਵ ਆ ਵੀ ਆਪਣਾ ਕੰਮ ਕਰਾ ਕੇ ਕਾਲਾ ਨਿਕਲ ਜਾਂਦਾ ਸੋ ਜਿਹੜਾ ਕਾਲੇ ਮਾਨ ਧਨੌਲੇ ਦਾ ਧੜਾ ਹੁੰਦਾ ਜਿਵੇਂ ਮੈਂ ਪਹਿਲਾਂ ਵਾਲੇ ਧੜੇ ਦਾ ਨਾਮ ਦੱਸਿਆ ਸੀ ਜਿਹੜਾ ਪੁਰਾਣਾ ਧੜਾ ਸੀਗਾ ਜਿਸ ਦੇ ਵਿੱਚ ਕਾਲੇ ਹਵਾਸ ਹੁਣੀ ਆਉਂਦੇ ਸੀਗੇ ਜੋ ਸਟਾਰਟਿੰਗ ਤੋਂ ਵੀ ਨਾਲ ਬੰਦੇ ਆਏ ਸੀਗੇ ਰਾਜੇ ਹੁਣ ਜਿਨ੍ਹਾਂ ਦੇ ਮੈਂ ਨਾਂ ਲਏ ਸੀ ਸੋ ਵਿਸਤਾਰ ਨਾਲ ਮੈਂ ਉਹਨਾਂ ਦੇ ਹੁਣ ਨਾਮ ਨਹੀਂ ਲੈਣਾ ਕਿਉਂਕਿ ਕਈ ਬੰਦੇ ਦੇ ਇਤਰਾਜ਼ ਆ ਵੀ ਹੁਣ ਸਾਡੇ ਨਾਮ ਨਾਲ ਦੂਸਰਾ ਜਿਹੜਾ ਧੜਾ ਸੀਗਾ ਕਾਲੇ ਮਾਨ ਧਨੌਲੇ ਦਾ ਹੋ ਗਿਆ ਸੀਗਾ ਖਾਣ ਦੁੱਗਾ ਵਿੱਕੀ ਢੋਲੀ ਇਹਨਾਂ ਨਾਲ ਬੜੀ ਨੇੜਤਾ ਹੋ ਗਈ ਸੀਗੀ ਜਿਹੜਾ ਤੀਸਰਾ ਕਾਲੇ ਦਾ ਧੜਾ ਸੀਗਾ ਉਹ ਇੱਕ ਕਾਲੇ ਦੇ ਲਿੰਕ ਦੇ ਵਿੱਚ ਬੰਦਾ ਹੋਰ ਆ ਗਿਆ ਸੀ ਬੜਾ ਨਜ਼ਦੀਕੀ ਕਾਲੇ ਦਾ ਰਿਹਾ ਦੀਪਾ ਬਦਲਵੰਡ ਵਾਲਾ ਤੇ ਕਾਲੇ ਦਾ ਜਿਹੜਾ ਵਿਰੋਧੀ ਧੜਾ ਸੀਗਾ ਉਹ ਸੀ ਲੱਖੀ ਕਾਲੇ ਬੋਲੇ ਵਾਲਾ ਤੇ ਕਾਲੇ ਦੇ ਹੀ ਗਰੁੱਪ ਦੇ ਵਿੱਚੋਂ ਨਿਕਲੇ ਰਿੰਕੂ ਬੀਲਾ ਲੈਂਬਰ ਸਿੱਧਮਾ ਤੇ ਧਰੂ ਦੌਦਰ ਇਹ ਧੜਾ ਸੀਗਾ ਪਰ ਕਾਲੇ ਕੋਲੇ ਤਿੰਨ ਧੜੇ ਬਹੁਤ ਹੀ ਵੱਡੇ ਸੀਗੇ ਉਹ ਟਾਈਮ ਦੇ ਵਿੱਚ ਕਿਉਂਕਿ ਜਦੋਂ ਲੱਖੀ ਕਾਲੇ ਬੁੱਲੇ ਵਾਲਾ ਜਿਉਂਦਾ ਸੀ ਲੱਖੀ ਕਾਲੇ ਬੁੱਲੇ ਅਲੱਗ ਹੋਇਆ ਕਾਲੇ ਮਾਨ ਧਨੌਲੇ ਦੇ ਗਰੁੱਪ ਦੇ ਵਿੱਚੋਂ ਉਦੋਂ ਬਹੁਤ ਬੰਦੇ ਲੱਖੀ ਕਾਲੇ ਬੁੱਲੇ ਵਾਲਾ ਆਪਣੇ ਵੱਲ ਕਨਵਿੰਸ ਕਰ ਗਿਆ ਜਿਨ੍ਹਾਂ ਦੇ ਵਿੱਚੋਂ ਰਿੰਕੂ ਬੀਲਾ ਵੀ ਇੱਕ ਸੀਗਾ ਤੇ ਲੱਖੀ ਕਾਲੇ ਬੁੱਲੇ ਵਾਲਾ ਕਾਲੇ ਮਾਨ ਦੇ ਪੁਰਾਣੇ ਬੰਦਿਆਂ ਦੇ ਕੋਲੇ ਆਉਂਦਾ ਰਿਹਾ ਤੇ ਬਹੁਤ ਲੋਕਾਂ ਨੂੰ ਇਹ ਗੱਲ ਕਹਿੰਦਾ ਰਿਹਾ ਵੀ ਤੁਸੀਂ ਮੇਰੇ ਵੱਡੇ ਭਰਾ ਹੋ ਤੁਸੀਂ ਮੇਰੇ ਵੱਲ ਆਓ ਤੁਸੀਂ ਮੇਰੇ ਨਾਲ ਵਰਤੋ ਪਰ ਉਹ ਬੰਦੇ ਲਕੀਰ ਖਿੱਚ ਕੇ ਕਾਲੇ ਧਨੌਲੇ ਵਾਲੇ ਨਾਲ ਖੜੇ ਉਸ ਤੋਂ ਬਾਅਦ ਲੱਕੀ ਕਾਲੇ ਬੁੱਲੇ ਵਾਲੇ ਨੇ ਉਹਨਾਂ ਨੂੰ ਤੰਗ ਵੀ ਕੀਤਾ ਤੰਗ ਪਰੇਸ਼ਾਨ ਵੀ ਕੀਤਾ ਸੋ ਕਹਾਣੀ ਨੂੰ ਆਪਾਂ ਅੱਗੇ ਹੋਰ ਲੈ ਕੇ ਜਾਂਦੇ ਹਾਂ ਕਿ ਬੜੀ ਵਿਸਥਾਰ ਨਾਲ ਤੇ ਜਦੋਂ ਲੱਕੀ ਕਾਲੇ ਬੁੱਲੇ ਵਾਲੇ ਦਾ ਕਤਲ ਹੁੰਦਾ ਤੇ ਕਾਲਾ ਭਗੌੜਾ ਚੱਲ ਰਿਹਾ ਹੁੰਦਾ ਤੇ ਕਾਲੇ ਦੀ ਇੱਕ ਖਾਸੀਅਤ ਇਹ ਵੀ ਸੀ ਵੀ ਕਾਲਾ ਜਿੰਨੇ ਵਾਰੀ ਵੀ ਫੜਿਆ ਗਿਆ ਪੇਸ਼ ਨਹੀਂ ਹੋਇਆ ਫੜਿਆ ਹੀ ਗਿਆ ਗਾ ਫਰਾਰੀ ਦੇ ਦਿਨਾਂ ਦੇ ਵਿੱਚ ਲੱਖੀ ਕਾਲੇ ਬੁੱਲੇ ਵਾਲੇ ਇਹਦੇ ਕਤਲ ਤੋਂ ਬਾਅਦ ਜਿਹੜਾ ਪੁਲਿਸ ਦਾ ਸਕੰਜਾ ਉਹ ਕਾਲੇ ਦੀ ਫੈਮਿਲੀ ਤੇ ਵੀ ਬਹੁਤ ਕਸਿਆ ਹੁੰਦਾ ਤੇ ਨਾਲ ਨਾਲ ਕਾਲੇ ਦੇ ਦੋਸਤਾਂ ਦੇ ਵੀ ਕਸਿਆ ਹੁੰਦਾ ਜਿਹੜਾ ਪੁਰਾਣਾ ਧੜਾ ਸੀਗਾ ਸੋ ਕਈ ਨਾਮ ਜਿਹੜੇ ਮੈਂ ਪਿਛਲੇ ਭਾਗ ਦੇ ਵਿੱਚ ਲਏ ਆਗੇ ਉਹਨਾਂ ਦੇ ਵਿੱਚੋਂ ਬੰਦਿਆਂ ਦੇ ਵੀ ਨਾਂ ਕਤਲ ਦੇ ਵਿੱਚ ਆ ਜਾਂਦੇ ਆਗੇ ਬਹੁਤ ਲੋਕਾਂ ਨੇ ਰਿਸ਼ਵਤਾਂ ਦੇ ਕੇ ਉੱਤੋਂ ਤਾਹਾਂ ਤੋਂ ਜ਼ੋਰ ਪਵਾ ਕੇ ਆਪਣੇ ਨਾਂ ਕਢਾਏ ਉਹ ਕੇਸ ਦੇ ਵਿੱਚ ਨਾਂ ਤਿੰਨ ਹੀ ਫਿੱਟ ਰਹਿ ਜਾਂਦੇ ਆਗੇ ਉਸ ਦੇ ਵਿੱਚ ਮੇਨ ਨਾਮ ਰਹਿ ਜਾਂਦੇ ਆ ਕਾਲੇ ਮਾਨ ਧਨੌਲੇ ਦਾ ਤੇ ਖਾਣ ਦੁੱਗਾ ਦਾ ਜਿਵੇਂ ਮੈਂ ਖਾਣ ਦੀ ਸਟੋਰੀ ਵੀ ਦੱਸੀ ਆ ਹਾਲਾਂਕਿ ਖਾਣ ਨੂੰ ਲੱਖੀ ਕਾਲੇ ਬੁੱਲੇ ਵਾਲੇ ਦੀ ਸ਼ਕਲ ਵੀ ਨਹੀਂ ਪਤਾ ਸੀਗਾ ਇਹ ਆਪਣਾ ਕਾਨੂੰਨ ਦੀ ਵੀ ਖਾਸੀਅਤ ਆ ਅੰਨਾ ਕਾਨੂੰਨ ਆਪਣਾ ਬਹੁਤ ਕੇਸ ਇਦਾਂ ਦੇ ਆਗੇ ਜਿਨ੍ਹਾਂ ਦੇ ਵਿੱਚ ਲੋਕ ਇਨਸਾਫ ਮੰਗਦੇ ਦੁਨੀਆਂ ਤੋਂ ਚਲੇ ਗਏ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਕਈ ਬੰਦੇ ਇਦਾਂ ਦੇ ਆ ਜਿਨ੍ਹਾਂ ਨੇ ਕੋਈ ਗੁਨਾਹ ਕੀਤੇ ਨਹੀਂ ਗਏ ਉਹਨਾਂ ਨੂੰ ਉਹ ਗੁਨਾਹ ਦੀ ਵੀ ਸਜ਼ਾ ਮਿਲ ਗਈ ਜਦੋਂ ਪੁਲਿਸ ਕਾਲੇ ਦੀ ਫੈਮਿਲੀ ਨੂੰ ਤੰਗ ਪਰੇਸ਼ਾਨ ਕਰ ਰਹੀ ਆ ਪੁਰਾਣੇ ਧੜਿਆਂ ਦੇ ਵਿੱਚੋਂ ਕੁਝ ਇਦਾਂ ਦੇ ਵੀ ਬੰਦੇ ਹੁੰਦੇ ਆ ਜਿਨ੍ਹਾਂ ਨੇ ਕਾਲੇ ਦੀ ਫੈਮਿਲੀ ਨੂੰ ਉਸ ਸਮੇਂ ਪਨਾਹ ਦਿੱਤੀ ਕਿਉਂਕਿ ਪੁਲਿਸ ਦਾ ਸਕੰਜਾ ਬਹੁਤ ਸੀ ਕਿਉਂਕਿ ਲੱਕੀ ਕਾਲੇ ਬੁੱਲੇ ਵਾਲਾ ਵੀ ਛੋਟਾ ਨਾਮ ਨਹੀਂ ਸੀਗਾ ਕਾਲੇ ਦੇ ਹੀ ਦੋਸਤ ਕਾਲੇ ਨੂੰ ਕਹਿੰਦੇ ਵੀ ਹੁਣ ਤੋਂ ਪੇਸ਼ ਹੋ ਜਾ ਪੁਲਿਸ ਦਾ ਬਹੁਤ ਜ਼ਿਆਦਾ ਸਕੰਜਾ ਸਾਡੇ ਤੇ ਕਸਿਆ ਵਾ ਪਰ ਕਾਲਾ ਉਹਨਾਂ ਦੀ ਇਹ ਗੱਲ ਮੰਨਦਾ ਨਹੀਂ ਉਹਨਾਂ ਨੂੰ ਇਗਨੋਰ ਕਰਦਾ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਵੀ ਕਾਲੇ ਦਾ ਉਹ ਪੁਰਾਣੇ ਬੰਦਿਆਂ ਨੂੰ ਮਨ ਮਿਟਾਵ ਹੋ ਜਾਂਦੇ ਆ ਗੁੱਸੇ ਗਿੱਲੇ ਹੋ ਜਾਂਦੇ ਜਾਂ ਉੱਚੀ ਨੀਵੀਂ ਬਾਅਦ ਚ ਤਲਖੀ ਚ ਗੱਲਾਂ ਹੋ ਜਾਂਦੀਆਂ ਪਰ ਇੱਕ ਦਿਨ ਕਾਲਾ ਅਰੈਸਟ ਹੋ ਜਾਂਦਾ ਕਾਲੇ ਦੇ ਤਸ਼ੱਦਦ ਵੀ ਬਹੁਤ ਹੁੰਦਾ ਗਾ ਤੇ ਕਾਲੇ ਨੂੰ ਬਹੁਤ ਮਦਦ ਉਹਦੇ ਪੁਰਾਣੇ ਦੋਸਤਾਂ ਵੱਲੋਂ ਕਰੀ ਜਾਂਦੀ ਹੈ ਵੀ ਇਹਦੇ ਜਾਂ ਕੁੱਟ ਹੋਰ ਨਾ ਪਵੇ ਜਾਂ ਇਹਨੂੰ ਮੈਨੂੰ ਕਿਵੇਂ ਜੇਲ੍ਹ ਭੇਜਿਆ ਜਾਵੇ ਪਰ ਕਾਲੇ ਦੀ ਇੱਕ ਖਾਸੀਅਤ ਸੀਗੀ ਇਹ ਮੈਂ ਖਾਣ ਦੀ ਸਟੋਰੀ ਦੇ ਵਿੱਚ ਵੀ ਦੱਸਿਆ ਵੀ ਜਦੋਂ ਕਾਲਾ ਫੜਿਆ ਜਾਂਦਾ ਸੀਗਾ ਉਹ ਬਚਾਅ ਕਰਨ ਦੀ ਬਜਾਏ ਆਪਦੇ ਦੋਸਤਾਂ ਦਾ ਨਾਮ ਲੈ ਦਿੰਦਾ ਸੀ ਜਾਂ ਤਾਂ ਉਹਦੇ ਮਨ ਦੀ ਗੱਲ ਇਹ ਸੀ ਇੱਥੇ ਮੈਂ ਫੋਨ ਕਰਕੇ ਸੱਦੂਗਾ ਕਿੱਥੇ ਜਦੋਂ ਕੇਸ 'ਚ ਹੋਣਗੇ ਇਨਵੋਲਵ ਤੇ ਕਾਲੇ ਦੇ ਨਾਮ ਲੈਣ ਤੋਂ ਬਾਅਦ ਵੀ ਕਈ ਬੰਦੇ ਲੱਖੀ ਦੇ ਕੇਸ ਦੇ ਵਿੱਚ ਪਾਏ ਗਏ ਪਰ ਉਹ ਬੰਦੇ ਨਿਕਲ ਗਏ ਚਾਹੇ ਇਨਕੁਆਰੀਆਂ 'ਚ ਚਾਹੇ ਉਹ ਆਪਦਾ ਜਿੱਕ ਲਾ ਕੇ ਕਹਿਣ ਦਾ ਭਾਵ ਕਾਲਾ ਜੇਲ੍ਹ 'ਚ ਲੈ ਜਾਂਦਾ ਹੁਣ ਕਾਲੇ ਦੇ ਕੋਲੇ ਦੋ ਧੜੇ
एक तो पुराना जिहड़ा तड़ा गा काले दा जिहड़ा स्टार्टिंग टाइम दा जिन्हां दी बिट्टे हुणां नाल लाग डाट सी तां ओह तड़ा हो गया। दूजा तड़ा खान हुणां दा हो गया, इह वी सर्कल बहुत वड्डा सीगा। जे मैं गल करां खान बिक्की ढोली या राज कांजला संगरूर साइड सर्कल या भल्ला बठिंडा बठिंडे साइड भी इन्हां दा भी सर्कल बहुत वड्डा हो गया। तीजा जिहड़ा तड़ा काले दा बण गया ओह दिनां दे विच दीपा पदलवड, दीपा पदलवड भी भगौड़ा सीगा ते बहुत काले दे काम उहने कीते, काम सांभे। हुण इन्ने ज्यादा सर्कल काले का मजबूत होने कारण फिर भी काले धनोले वाले के जेल के हमले होंगे, काला उन्होंने मेनटेन नहीं कर सकिया। यह समय की गलती सी या काले धनोले वाले की गलती सी? काला जो जेल चलिया जाता गा हुण खान हुणा दा जिहड़ा सर्कल हुंदा गा उह काले तों पासा वट जांदा गा, वी जाणी कि ना काले दा काम करना ना काले दे नाल खड़ना गा, वी चल उपरों हैलो हाई अपनी हैगी आ। क्योंकि एक तो मैं खान की स्टोरी च भी गल दसी है भी काले ने एमसी का इन्हों तो हमला करवा के बाय ने मोदो नाम धरते, भी जेड़े एमसी से इन्होंने हमला किया एमसी नूं तां बंदिआं दा पता ही नहीं सीगा भी उह ना काले ने आप नाम दसे सी भी इन्हां नूं भी तरीक ते आउणा नाल पवे भी उह काले ने आप। ते दूसरा हैपन हुंदा विक्की ढोली वाला भी एडा वड्डा बंदे दा भी अपनी फेसबुक से बंदे ना लिखता, मैं जिम्मे दो तीन बंद ना दस दिना जिम्मे के नाम का भी जिक्र होया भवानीगढ़ तो अमने सधाने का भी जिक्र होया काले हवास का भी जिक्र होया ਤੇ ਉਹ ਸਟੇਟਸ ਦੇ ਵਿੱਚ ਕਾਲੇ ਨੇ ਪਾਇਆ ਸੀ ਵੀ ਇਹਨਾਂ ਬੰਦਿਆਂ ਨੇ ਮੇਰੇ ਤੇ ਮਾੜੀ ਕੀਤੀ ਆ, ਇਹ ਬੰਦੇ ਗਰਦਾਰ ਨੇ, ਹੋਰ ਊਲ ਜਲੂਲ ਗੱਲਾਂ ਕੀਤੀਆਂ ਸੀ। ਹਾਲਾਂਕਿ ਰੀਟੂ ਨੇ ਕਾਲੇ ਦੀ ਬਹੁਤ ਮਦਦ ਕੀਤੀ ਹੈਗੀ, ਪਰ ਉਹ ਬੰਦਿਆਂ ਨੇ ਇਹ ਸਟੇਟਸ ਦੇਖ ਕੇ ਉਹਨਾਂ ਦਾ ਮਨ ਟੁੱਟ ਜਾਂਦਾ ਗਾ ਵੀ ਕਾਲੇ ਧਨੋਲੇ ਨੇ ਇਹ ਕੀ ਕੀਤਾ ਗਾ। ਉਹ ਤੜਾ ਵੀ ਪਿੱਛੇ ਹੋ ਜਾਂਦਾ, ਹੁਣ ਖਾਣ ਦਾ ਤੜਾ ਵੀ ਪਿੱਛੇ ਹੋ ਜਾਂਦਾ, ਇੱਕ ਤੜਾ ਕਾਲੇ ਦੇ ਨਾਲ ਰਹਿ ਜਾਂਦਾ ਦੀਪਾ ਪਦਲਵੜ। ਹੁਣ ਕਾਲਾ ਜੇਲ੍ਹ ਦੇ ਵਿੱਚ ਸੀ, ਜਿਹੜਾ ਕਾਲੇ ਦੇ ਜਿਹੜੇ ਧੜੇ ਸੀਗੇ ਉਹ ਸਟਰੋਂਗ ਕਾਲੇ ਦੇ ਨਾਲ ਸਪੋਰਟ ਨਹੀਂ ਰਹੇ। ਹਾਲਾਂਕਿ ਕਾਲਾ ਬਹੁਤ ਗਰੁੱਪਾਂ ਦੇ ਨੇੜੇ ਹੋਇਆ, ਬੰਬੀਹਾ ਗਰੁੱਪ ਦੇ ਵੀ ਨੇੜੇ ਹੋਇਆ, ਇਹ ਮੈਂ ਬਾਅਦ ਦੇ ਵਿੱਚ ਦੱਸੂਗਾ ਅਗਲੇ ਪਾਰਟ ਦੇ ਵਿੱਚ। ਲੋਰੈਂਸ ਬਿਸ਼ਨੋਈ ਦੇ ਵੀ ਨੇੜੇ ਹੋਇਆ, ਪਰ ਕਾਲਾ ਕਿਸੇ ਨਾਲ ਲੰਮਾ ਸਮਾਂ ਜੇਲ੍ਹ ਦੇ ਵਿੱਚ ਟਿਕ ਨਹੀਂ ਸਕਿਆ। ਨਾਭੇ ਜੇਲ੍ਹ ਦੇ ਵਿੱਚ ਕਾਲੇ ਦੀ ਲੜਾਈ ਹੁੰਦੀ ਹੈਗੀ ਬਿੱਟੂ ਮਹਿਲ ਕਲਾਂ ਨਾਲ, ਉਹ ਲੜਾਈ ਦਾ ਕਾਰਨ ਹੁੰਦਾ ਗੋਲਡੀ ਭਲਵਾਨ ਤੇ ਜੱਗੇ ਭੋਜਵਾਲੀਆ ਦਾ ਜ਼ਮੀਨ ਦਾ ਰੌਲਾ ਸੀਗਾ, ਗੋਲਡੀ ਕਾਲੇ ਨਾਲ ਸੀ ਤੇ ਜੱਗੇ ਨਾਲ ਬਿੱਟੂ ਸੀਗਾ, ਇਹਨਾਂ ਦਾ ਜਿਹੜਾ ਗਾ ਉੱਥੇ ਲੜਾਈ ਝਗੜਾ ਹੁੰਦਾ। ਉਸ ਤੋਂ ਬਾਅਦ ਜਦੋਂ ਕਾਲਾ ਸੰਗਰੂਰ ਜੇਲ੍ਹ 'ਚ ਆਉਂਦਾ ਗਾ, ਉਹਨਾਂ ਦਿਨਾਂ ਦੇ ਵਿੱਚ ਸੰਗਰੂਰ ਜੇਲ੍ਹ 'ਚ ਜਦੋਂ ਕਾਲਾ ਆਉਂਦਾ, ਰਿੰਕੂ ਵਿੱਲੇ ਵਾਲਾ ਬਾਹਰ ਗਿਆ ਸੀ ਤੇ ਲੈਂਬਰ ਹੁਣਾਂ ਦਾ ਰਿੰਕੂ ਵਿੱਲੇ ਵਾਲੇ ਨਾਲ ਥੋੜ੍ਹਾ ਜਿਹਾ ਫਰਕ ਪੈ ਗਿਆ ਸੀਗਾ, ਮਿਸਅੰਡਰਸਟੈਂਡਿੰਗ ਦਾ। ਉਹ ਕੀ ਆ, ਕਿਉਂਕਿ ਉਸ ਤੋਂ ਬਾਅਦ ਲੋਕਾਂ ਦੀਆਂ ਉਂਗਲਾਂ ਵੀ ਲੱਗਣ ਲੱਗ ਜਾਂਦੀਆਂ ਵੀ ਤੁਹਾਨੂੰ ਫਸਾ ਕੇ ਕੰਮ ਕਰਵਾ ਕੇ ਆਪ ਬੰਦਾ ਬਾਹਰ ਲੰਘ ਗਿਆ, ਤੁਸੀਂ ਕੱਟੀ ਜਾਓ ਜੇਲ੍ਹ। ਕਾਲੇ ਧਨੋਲੇ ਵਾਲੇ ਦੀ ਲੈਂਬਰ ਸਿਧਮਾ ਦਾ ਸਮਝੌਤਾ ਹੋਣ ਲੱਗਿਆ ਸੀ ਇਹ ਗਰੁੱਪ ਦਾ, ਲੈਂਬਰ ਸਿਧਮਾ ਧਰੂ ਦਾ ਉਧਰ ਦਾ, ਵੀ ਤੇਰੀ ਜਿਹੜੀ ਲਾਗ ਡਾਂਟ ਸੀ ਉਹ ਰਿੰਕੂ ਵਿੱਲੇ ਨਾਲ ਸੀ, ਰਿੰਕੂ ਵਿੱਲਾ ਬਾਹਰ ਚਲਿਆ ਗਿਆ। ਜਮਾਂ ਗੱਲ ਨੇੜੇ ਲੱਗ ਗਈ ਸੀਗੀ, ਗੱਲ ਕੀ ਹੁੰਦੀ ਆ, ਗੱਲ ਅੜ ਜਾਂਦੀ ਆ ਦੀਪੇ ਬਦਲਵੱਡ ਵਾਲੇ। ਲੈਂਬਰ ਸਿਧਮਾ ਵੱਲੋਂ ਕਿਹਾ ਜਾਂਦਾ ਗਾ ਵੀ ਸਾਡਾ ਦੀਪੇ ਬਦਲਵੱਡ ਨਾਲ ਸਮਝੌਤਾ ਨਹੀਂ, ਸਾਡਾ ਸਮਝੌਤਾ ਤੇਰੇ ਨਾਲ ਆ। ਹੁਣ ਕਾਲੇ ਕੋਲੇ ਮੇਨ ਸ਼ੂਟਰ ਬਾਹਰ ਬਚਿਆ ਸੀ ਦੀਪਾ ਬਦਲਵੱਡ ਵਾਲਾ, ਕਾਲਾ ਇਹ ਗੱਲ ਤੋਂ ਇਨਕਾਰ ਕਰ ਜਾਂਦਾ, ਜੇ ਤੁਸੀਂ ਦੀਪੇ ਨਾਲ ਸਮਝੌਤਾ ਨਹੀਂ ਕਰਦੇ ਤਾਂ ਮੇਰਾ ਵੀ ਤੁਹਾਡੇ ਨਾਲ ਕੋਈ ਸਮਝੌਤਾ ਨਹੀਂ ਗਾ। ਉਸ ਤੋਂ ਬਾਅਦ ਕਾਲਾ ਉਹਨਾਂ ਨੂੰ ਅੱਖਾਂ ਦਿਖਾਉਣ ਲੱਗ ਜਾਂਦਾ ਜੇਲ੍ਹ ਦੇ ਵਿੱਚ, ਹਾਲਾਂਕਿ ਉਹ ਜੇਲ੍ਹ ਦੇ ਵਿੱਚ ਰਿੱਕੀ ਅਜਨੌਦ ਤੇ ਲੈਂਬਰ ਸਿਧਮਾ ਸੀ ਪਹਿਲਾਂ ਸੰਗਰੂਰ ਜੇਲ੍ਹ 'ਚ, ਦੂਜੇ ਪਾਸੇ ਕਾਲਾ ਸੀ। ਕਾਲੇ ਦੀ ਫੇਸਬੁੱਕ ਤੇ ਇੱਕ ਸਟੇਟਸ ਹੋਰ ਪਾਇਆ ਜਾਂਦਾ ਗਾ, ਵਾਇਰਲ ਹੁੰਦਾ, ਉੱਤੇ ਲਿਖਿਆ ਜਾਂਦਾ ਗਾ ਵੀ ਮੈਂ ਬਦਮਾਸ਼ੀ ਦਾ ਬੋਰਡ ਹਾਂ, ਲੈਂਬਰ ਹੁਣੀ ਮੇਰੇ ਜਵਾਕ ਨੇ, ਮੈਂ ਚੱਕਰ ਚੁੰਡਾ ਬਣਾ ਦਿੰਦਾ ਜਿਹਨੇ ਵੀ ਅੱਜ ਤੱਕ ਮੇਰੇ ਨਾਲ ਪੰਗਾ ਲਿਆ। ਹੁਣ ਕੁਦਰਤੀ ਗੱਲ ਇਹ ਸੀ, ਹੁਣ ਲੈਂਬਰ ਤੇ ਰਿੱਕੀ ਨੂੰ ਇਹ ਵੀ ਗੱਲ ਸੀ ਵੀ ਜਿਹੜੇ ਖਾਨ ਹੁਣੀ ਫਿਰਦੇ ਆ, ਵਿੱਕੀ ਢੋਲੀ ਹੁਣਾਂ ਦਾ ਧੜਾ ਗਾ ਵੀ ਉਪਰੋਂ ਉਪਰੋਂ ਕਾਲੇ ਨਾਲ ਵਰਤਦੇ, ਜੇ ਅਸੀਂ ਪੰਗਾ ਲਿਆ ਓਬੀਅਸਲੀ ਵੀ ਇਹ ਵੀ ਨਾਲ ਲੱਗਣਗੇ, ਕਿਉਂਕਿ ਉਹ ਸੰਗਰੂਰ ਜੇਲ੍ਹ ਦੇ ਵਿੱਚ ਖਾਨ ਦਾ ਬਹੁਤ ਵੱਡਾ ਸਰਕਲ ਸੀਗਾ। ਹੁਣ ਉਹਨਾਂ ਦਿਨਾਂ ਦੇ ਵਿੱਚ ਚਲਾਉਣ ਪੈਂਦਾ ਗਾ ਯੋਧੇ ਕੋਠੇ ਗੁਰੂ ਤੇ ਕੰਮਾ ਮਹਾਰਾਜ ਦਾ। ਹੁਣ ਜਦੋਂ ਸੰਗਰੂਰ ਜੇਲ੍ਹ 'ਚ ਆਉਂਦੇ ਹੈਗੇ ਦੋਨੇ ਜਾਣੇ, ਯੋਧੇ ਦੀ ਗਿਣਤੀ ਪਵਾ ਲੈਂਦੇ ਆ ਲੈਂਬਰ ਹੁਣੀ ਆਪਦੇ ਵੱਲ, ਤੇ ਕੰਮੇ ਮਹਾਰਾਜ ਦੀ ਗਿਣਤੀ ਪਵਾ ਲੈਂਦੇ ਆ ਖਾਨ ਹੁਣੀ, ਕਿਉਂਕਿ ਕੰਮੇ ਮਹਾਰਾਜ ਨਾਲ ਖਾਨ ਵਰਤਦਾ ਸੀ ਬਹੁਤ ਲੰਮਾ ਸਮਾਂ, ਖਾਨ ਨੇ ਕੰਮੇ ਕੋਲ ਫਰਾਰੀ ਵੀ ਕੱਟੀ ਸੀਗੀ। ਇਹਨਾਂ ਦਿਨਾਂ ਦੇ ਵਿੱਚ ਇਹ ਵੀ ਤਲਖੀ ਵੱਧ ਰਹੀ ਸੀਗੀ, ਕਾਲਾ ਉਹਨਾਂ ਨੂੰ ਅੱਖਾਂ ਦਿਖਾਉਂਦਾ ਸੀ, ਹੁਣ ਉਹਨਾਂ ਨੂੰ ਇਹ ਸੀ ਵੀ ਖਾਨ ਕਿਤੇ ਨਾਲ ਨਾ ਲੱਗੇ, ਪਰ ਖਾਨ ਹੁਣ ਤਾਂ ਪਹਿਲਾਂ ਹੀ ਕਾਲੇ ਦੇ ਨਤੀਜੇ ਭੁਗਤ ਚੁੱਕੇ ਸੀਗੇ। ਫਿਰ ਕੰਮਾ ਖਾਨ ਨਾਲ ਗੱਲ ਕਰਦਾ ਗਾ, ਯੋਧਾ ਰਿੰਕੂ ਦੀ ਗੱਲ ਲੈਂਬਰ ਨਾਲ ਕਰਵਾਉਂਦਾ ਗਾ ਜਾਂ ਲੈਂਬਰ ਦੀ ਗੱਲ ਰਿੰਕੂ ਨਾਲ ਕਰਵਾਉਂਦਾ ਗਾ, ਜਿਹੜੇ ਇਹਨਾਂ ਦੇ ਵਿਚਾਰਾਂ ਦੇ ਮਤਭੇਦ ਹੁੰਦੇ ਆ ਉਹ ਕਲੀਅਰ ਕਰਵਾਉਂਦੇ ਆ। ਫਿਰ ਇਹਨਾਂ ਦਾ ਮੋਟਿਵ ਹੁੰਦਾ ਗਾ ਵੀ ਹੁਣ ਕਾਲੇ ਤੋਂ ਆਪਾਂ ਸਟੇਟਸ ਦਾ ਬਦਲਾ ਲਈਏ, ਕਿਉਂਕਿ ਇਹ ਗਰੁੱਪ ਵੀ ਜਿਹੜਾ ਗਾ ਲੈਂਬਰ ਹੁਣਾਂ ਦਾ ਵੀ ਬਹੁਤ ਪਾਵਰਫੁੱਲ ਸੀ ਉਹਨਾਂ ਦਿਨਾਂ ਦੇ ਵਿੱਚ, ਇਹ ਹਰ ਪੋਸਟ ਦੇ ਪਿੱਛੇ ਸਿਰਾ ਖੋਭਣ ਗਰੁੱਪ ਲਿਖਦੇ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ, 2014 ਦੀ ਇਹ ਗੱਲ ਆ। ਫਿਰ ਇਹ ਹਮਲੇ ਤੋਂ ਪਹਿਲਾਂ ਖਾਨ ਦੁੱਗਾ ਹੁਣਾਂ ਨਾਲ ਗੱਲ ਕਰਦੇ ਆ ਵੀ ਅਸੀਂ ਕਾਲੇ ਦੇ ਨਾਲ ਜਾਂ ਲੜਾਈ ਕਰਨੀ ਆ ਜਾਂ ਉਹਦਾ ਟਾਈਮ ਚੁੱਕਣਾ ਜਾਂ ਕੰਮ ਕਰਨਾ ਜਾਂ ਉਹਦੇ ਗਲ ਪੈਣਾ, ਜੋ ਵੀ ਇਹ ਭਾਸ਼ਾ ਦੇ ਵਿੱਚ ਸ਼ਬਦ ਵਰਤੇ ਜਾਂਦੇ ਆ। ਤਾਂ ਖਾਨ ਹੁਣੀ ਸਾਫ਼ ਇਨਕਾਰ ਕਰ ਦਿੰਦੇ ਆ ਵੀ ਸਾਡਾ ਕਾਲੇ ਨਾਲ ਕੋਈ ਲਿੰਕ ਨਹੀਂ, ਅਸੀਂ ਕਾਲੇ ਨੂੰ ਵੀ ਕਿਹਾ ਵੀ ਤੇਰਾ ਕੰਮ ਅੱਡ ਆ ਸਾਡਾ ਕੰਮ ਅੱਡ ਆ।
ਤੇ ਉਸ ਤੋਂ ਅਗਲੇ ਹੀ ਦਿਨ ਸੁੱਤੇ ਪਏ ਕਾਲੇ ਧਨੋਲੇ ਵਾਲੇ ਤੇ ਹਮਲਾ ਕਰ ਦਿੱਤਾ ਜਾਂਦਾ ਗਾ। ਕਾਲੇ ਦੀਆਂ ਉਸ ਦੇ ਵਿੱਚ ਲੱਤਾਂ ਤੇ ਵੀ ਕਹਤੇ ਸਿਰ ਤੇ ਵੀ ਕਾਫੀ ਸੱਟਾਂ ਲੱਗੀਆਂ ਸੀ ਤੇ ਕਾਲੇ ਨੂੰ ਐਡਮਿਟ ਕਰ ਦਿੱਤਾ ਜਾਂਦਾ ਗਾ। ਕਾਲੇ ਨੂੰ ਐਡਮਿਟ ਨੂੰ ਹਜੇ ਇੱਕ ਅੱਧਾ ਦਿਨ ਹੀ ਹੋਇਆ ਹੁੰਦਾ ਗਾ, ਉਸ ਤੋਂ ਬਾਅਦ ਇੱਕ ਸਟੇਟਸ ਕਾਲੇ ਮਾਨ ਧਨੋਲੇ ਵਾਲੀ ਆਈ ਡੀ ਤੋਂ ਫਿਰ ਪਾਇਆ ਜਾਂਦਾ ਗਾ ਵੀ ਮੈਂ ਲੈਂਬਰ ਦੇ ਭਰਾ ਦਾ ਨੁਕਸਾਨ ਕੀਤਾ, ਮੇਰੇ ਬੰਦੇ ਗਏ ਸੀ। ਉਸ ਦੇ ਵਿੱਚ ਵੀ ਕਾਫੀ ਊੜ ਜਲੂਲ ਗੱਲਾਂ ਲਿਖੀਆਂ ਜਾਂਦੀਆਂ ਨੇ। ਫਿਰ ਲੈਂਬਰ ਵੱਲੋਂ ਵੀ ਇੱਕ ਫੋਟੋ ਪਾਈ ਜਾਂਦੀ ਹੈ ਅੱਗੇ ਵੀ ਕਾਲੇ ਆਹ ਤੇਰੀ ਟੋਪੀ ਤੇ ਤੇਰੀ ਜੁੱਤੀ ਮੇਰੇ ਕੋਲ ਆ, ਮੈਂ ਲੈ ਕੇ ਆਇਆ ਸੀ, ਜੇ ਤੇਰੇ ਚ ਹਿੰਮਤ ਆ ਤੂੰ ਆ ਕੇ ਲੈ ਜਾ। ਸੋ ਇਹਨਾਂ ਦੀ ਕਾਫੀ ਵਾਰ ਛਿੜੀ ਸੀ। ਅਗਲੇ ਹੀ ਦਿਨ ਕਾਲੇ ਦੇ ਹੋਰ ਬੰਦੇ ਜਿਹੜੇ ਬੱਗੇ ਖਾਨ ਹੋਣੀ ਸੀ ਉਹਨਾਂ ਤੇ ਵੀ ਹਮਲਾ ਹੋਇਆ ਸੀ। ਤੁਸੀਂ ਇਹ ਖਬਰਾਂ ਜਿਹੜੀਆਂ ਨੇ ਯੂਟਿਊਬ ਚੈਨਲ ਤੇ ਪਈਆਂ ਦੇਖ ਸਕਦੇ ਹੋ, 2014 ਦੀਆਂ ਖਬਰਾਂ ਨੇਗੀਆਂ। ਉਸ ਤੋਂ ਬਾਅਦ ਕਾਲਾ DMC ਚਲਿਆ ਜਾਂਦਾ ਗਾ, DMC ਐਡਮਿਟ ਹੋ ਜਾਂਦਾ ਗਾ। ਉਹਨਾਂ ਦਿਨਾਂ ਦੇ ਵਿੱਚ ਹੀ ਕਾਲੇ ਹਵਾਸ ਦਾ ਕਤਲ ਹੋਇਆ ਸੀਗਾ। ਕਾਲੇ ਹਵਾਸ ਦਾ ਭੋਗ ਪੈਣਾ ਸੀਗਾ, ਭੋਗ ਦੇ ਉੱਤੇ ਸਾਰਾ ਕਾਲੇ ਦਾ ਸਰਕਲ ਪੁਰਾਣਾ ਗਿਆ ਵਾ ਸੀਗਾ, ਜਿਹੜੇ ਪੁਰਾਣੇ ਬੰਦੇ ਆ, ਜਿਸ ਸਰਕਲ ਦੀ ਗੱਲ ਮੈਂ ਪਿਛਲੇ ਪਾਰਟ ਦੇ ਵਿੱਚ ਕਰ ਚੁੱਕੇ ਹਾਂ। ਉੱਥੇ ਫਿਰ ਉਹ ਇਕੱਠੇ ਹੋ ਕੇ ਸੋਚਦੇ ਆ ਵੀ ਚੱਲ ਯਾਰ ਆਪਾਂ ਇਕੱਠੇ ਸੀਗੇ, ਇੰਨੇ ਕੰਮ ਕੀਤੇ, ਆਪਾਂ ਕਾਲੇ ਦਾ ਪਤਾ ਲੈ ਕੇ ਆਈਏ। ਉਹ ਸਾਰੇ ਬੰਦੇ ਜਦੋਂ ਕਾਲੇ ਦਾ ਪਤਾ ਲੈਣ ਜਾਂਦੇ ਆ, ਉੱਥੇ ਕਾਲੇ ਦੀ ਮੂੰਹੋਂ ਇਹ ਗੱਲ ਨਿਕਲ ਜਾਂਦੀ ਆ ਵੀ ਹਾਂ ਕਾਲੇ ਹਵਾਸ ਦਾ ਕੰਮ ਹੋਣਾ ਸੀ, ਮੈਨੂੰ ਪਤਾ ਸੀਗਾ। ਉਹ ਬੰਦਿਆਂ ਨੇ ਪਹਿਲਾਂ ਕਾਲੇ ਮਾਨ ਨਾਲ ਕਾਲੇ ਦੇ ਪੁਰਾਣੇ ਬੰਦਿਆਂ ਦੇ ਮੈਂ ਕਹਿੰਦਾ ਵੀ 50% ਮਤਭੇਦ ਹੋਣਗੇ, ਪਰ ਇਹ ਗੱਲ ਸੁਣ ਕੇ ਕਾਲੇ ਦੇ ਮੂੰਹੋਂ ਉਹ ਸਾਰੇ ਬੰਦੇ ਪਿੱਛੇ ਹਟ ਜਾਂਦੇ ਆ ਵੀ ਜੇ ਤੈਨੂੰ ਕਾਲੇ ਹਵਾਸ ਦਾ ਪਤਾ ਸੀ ਕੰਮ ਹੋਣਾ, ਉਹਦੇ ਪਿੱਛੇ ਬੰਦੇ ਲੱਗੇ ਪਿਆ ਤਾਂ ਤੂੰ ਦੱਸਣਾ ਤੇਰਾ ਫਰਜ਼ ਬਣਦਾ ਸੀਗਾ। ਜੇ ਕੋਈ ਮਤਭੇਦ ਹੋਏ ਸੀ ਉਹ ਗੱਲ ਵੱਖਰੀ ਹੈਗੀ। ਤਾਂ ਉਹ ਸਾਰੇ ਬੰਦੇ ਕਾਲੇ ਤੋਂ ਕਿਨਾਰਾ ਕਰ ਲੈਂਦੇ ਆ ਵੀ ਅੱਜ ਤੋਂ ਬਾਅਦ ਅਸੀਂ ਲਕੀਰ ਖਿੱਚਦੀ, ਕਾਲੇ ਨਾਲ ਸਾਡਾ ਕੋਈ ਲਿੰਕ ਨਹੀਂ ਹੈਗਾ, ਕਿਉਂਕਿ ਇਹ ਇੱਕ ਨਹੀਂ ਕਈ ਨਾਮ ਨੇ। ਕਾਲੇ ਧਨੋਲੇ ਵਾਲੇ ਦੀ ਇੱਕ ਬੜੀ ਖਾਸੀਅਤ ਆ ਜੋ ਮੈਂ ਪੜ੍ਹੀ ਆ, ਜੋ ਮੈਂ ਦੇਖੀ ਆ ਵੀ ਕਾਲਾ, ਜੇ ਕਾਲੇ ਦਾ ਕਿਸੇ ਨਾਲ ਵੈਰ ਹੁੰਦਾ ਸੀਗਾ, ਕਿੰਨਾ ਮਰਜ਼ੀ ਵੱਡਾ ਵੈਰ ਹੋਵੇ, ਚਾਹੇ ਇੱਕ ਦੂਜੇ ਨਾਲ ਇਹ ਫੈਰੋ ਫੈਰੀ ਹੋਏ ਹੋਣ, ਜੇ ਕੋਈ ਕਾਲੇ ਦਾ ਬੰਦਾ ਟੁੱਟ ਜਾਂਦਾ ਸੀਗਾ, ਕਾਲੇ ਦੇ ਬੰਦੇ ਦੀ ਵੀ ਉਹਦੇ ਨਾਲ ਦੁਸ਼ਮਣੀ ਹੁੰਦੀ ਸੀ, ਆਪ ਕਾਲਾ ਉਹਦੇ ਦੁਸ਼ਮਣ ਨਾਲ ਸੰਧੀ ਕਰ ਲੈਂਦਾ ਸੀ, ਚਾਹੇ ਉਹ ਪਹਿਲਾਂ ਪੁਰਾਣਾ ਕਾਲੇ ਦਾ ਜਿੰਨਾ ਮਰਜ਼ੀ ਵੱਡਾ ਦੁਸ਼ਮਣ ਹੋਵੇ। ਕਈ ਬੰਦੇ ਜਿਵੇਂ ਲੱਸੀ ਕਲਾਰਾਂ ਦੀ ਸਟੋਰੀ ਪਾਈ ਸੀਗੀ, ਜਦੋਂ ਜੱਸੀ ਕਲਾਰਾਂ ਦੀ ਚੜ੍ਹਾਈ ਹੋ ਗਈ ਤਾਂ ਉਹਦੇ ਕਾਤਲਾਂ ਨੂੰ ਕਾਲੇ ਨੇ ਪੂਰੇ ਸਿਰ ਤੇ ਉਹਨਾਂ ਦੇ ਹੱਥ ਰੱਖਿਆ ਵੀ ਤੁਸੀਂ ਕਰੋ ਕੰਮ, ਮੈਂ ਤੁਹਾਡੇ ਨਾਲ ਆ। ਕਾਲੇ ਹਵਾਸ ਵੇਲੇ ਵੀ ਕਾਲੇ ਨੇ ਉਹਨਾਂ ਨੂੰ ਬਥੇਰੀਆਂ ਹੱਲਾ ਸ਼ੇਰੀਆਂ ਦਿੱਤੀਆਂ, ਰਵੀ ਖਵਾਜ ਕੇ ਉਹਨਾਂ ਨੂੰ ਵੀ ਤੁਸੀਂ ਕਰੋ ਕੰਮ, ਮੈਂ ਤੁਹਾਡੇ ਨਾਲ ਆ। ਕਿਉਂਕਿ ਜਿਹੜੇ ਕੁਛ ਬੰਦੇ ਏਦਾਂ ਦੇ ਸੀਗੇ ਜਿਨ੍ਹਾਂ ਦਾ ਕਾਲੇ ਹਵਾਸ ਨਾਲ ਬੜਾ ਪਿਆਰ ਸੀਗਾ, ਇੱਕ ਵਾਰ ਦੀ ਮੈਂ ਤੁਹਾਨੂੰ ਗੱਲ ਦੱਸਾਂ, ਭਲਵਾਨ ਪਿੰਡ ਗੋਲੀ ਚੱਲੀ ਸੀਗੀ ਦੋ ਧੜਿਆਂ ਦੀ, ਤੇ ਉਹਨਾਂ ਦੇ ਵਿੱਚ ਇਹ ਬੰਦੇ ਨੇ ਚੱਲਦੀ ਗੋਲੀ ਦੇ ਵਿੱਚ ਕਾਲੇ ਹਵਾਸ ਨੂੰ ਫੋਨ ਕੀਤਾ ਸੀ ਵੀ ਛੇਤੀ ਆ ਜਾ, ਕੰਮ ਫਸ ਗਿਆ, ਤੇ ਕਾਲਾ ਹਵਾਸ ਚਲਦੀ ਗੋਲੀ ਦੇ ਵਿੱਚ ਪਹੁੰਚ ਗਿਆ ਸੀਗਾ, ਕਿਉਂਕਿ ਆਹ ਟਾਈਮ ਬੰਦੇ ਕਿਨਾਰਾ ਕਰਦੇ ਹੁੰਦੇ ਆ। ਸੋ ਕਾਲੇ ਹਵਾਸ ਨਾਲ ਜਿਹੜੇ ਪੁਰਾਣੇ ਬੰਦੇ ਸੀ ਉਹਨਾਂ ਦਾ ਬੜਾ ਪਿਆਰ ਸੀ, ਉਹ ਇਸ ਗੱਲ ਤੋਂ ਕਾਲੇ ਤੋਂ ਗੁੱਸੇ ਹੋ ਕੇ ਟੁੱਟ ਗਏ। ਹੁਣ ਇੱਕ ਧੜਾ ਜਿਹੜਾ ਕਾਲੇ ਦਾ ਖਾਨ ਉਹਨਾਂ ਦਾ ਜੇਲ੍ਹ ਚ, ਉਹ ਜਮਾਂ ਲਕੀਰ ਉਹਨਾਂ ਨੇ ਖਿੱਚਤੀ, ਤੇ ਦੂਜਾ ਧੜਾ ਸੀ ਜਦੋਂ ਇਹ ਗੱਲ ਸੁਣੀ ਉਹਨਾਂ ਨੇ ਲਕੀਰ ਖਿੱਚਤੀ, ਹੁਣ ਰਹਿ ਗਿਆ ਇਕੱਲਾ ਦੀਪਾ। ਸੋ ਜੇਲ੍ਹ ਦੇ ਵਿੱਚ ਕਾਲੇ ਦੇ ਉੱਤੇ ਹਮਲਾ ਹੋ ਜਾਂਦਾ ਗਾ ਤੇ ਕਾਲੇ ਦੀ ਜਿਹੜੀ ਸਪੋਰਟ ਹੈਗੀ ਉਹ ਸਪੋਰਟ ਨਹੀਂ ਹੁੰਦੀ। ਉਸ ਤੋਂ ਬਾਅਦ ਫਿਰ ਕਾਲੇ ਦਾ ਜਿਹੜਾ ਡਾਊਨਫਾਲ ਹੈਗਾ ਉਹ ਡਿੱਗਦਾ ਹੀ ਜਾਂਦਾ ਗਾ, ਕਿਉਂ? ਕਿਉਂਕਿ ਕਾਲੇ ਦੇ ਨਾਲ ਜਿਹੜੇ ਆ ਬੰਦੇ ਆ ਉਹ ਸਾਰੇ ਟੁੱਟ ਜਾਂਦੇ ਹੈਗੇ। ਬਾਕੀ ਗੱਲਾਂ ਅਗਲੀ ਕਹਾਣੀ ਦੇ ਵਿੱਚ ਦੱਸਾਂਗੇ। ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਮੈਂਟ ਕਰਿਓ, ਤੇ ਜੇ ਸਾਡੇ ਤੋਂ ਕੋਈ ਤੁਹਾਨੂੰ ਲੱਗਿਆ ਕੋਈ ਗੱਲ ਰਹਿ ਗਈ ਆ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਗੱਲ ਲਿਖ ਕੇ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਕਰ ਸਕਦੇ ਹੋ। ਧੰਨਵਾਦ।